ਉਦਯੋਗ ਤੇ ਵਣਜ ਮੰਤਰੀ ਪੰਜਾਬ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਜਲਦ ਹੀ ਜ਼ਰੂਰਤਮੰਦ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਲਈ 42 ਮੁਫ਼ਤ ਈ ਰਿਕਸ਼ਾ ਪ੍ਰਦਾਨ ਕੀਤੇ ਜਾ ਰਹੇ ਨੇ। ਉਹ ਈ ਰਿਕਸ਼ਾ ਦੀ ਮੁਫ਼ਤ ਡਰਾਈਵਿੰਗ ਸਿਖਲਾਈ ਪ੍ਰਾਪਤ ਕਰਨ ਵਾਲੀਆਂ ਔਰਤਾਂ ਨੂੰ ਲਰਨਿੰਗ ਲਾਇਸੈਂਸ ਸੌਂਪ ਰਹੇ ਸਨ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ, SSP ਗੌਰਵ ਗਰਗ, ਚੇਅਰਮੈਨ BS ਕਮਿਸ਼ਨ ਸਰਵਨ ਸਿੰਘ, ਚੇਅਰਮੈਨ ਇੰਪਰੂਵਮੈਂਟ ਟਰੱਸਟ ਐਡਵੋਕੇਟ ਰਾਕੇਸ਼ ਮਰਵਾਹਾ ਵੀ ਮੌਜੂਦ ਰਹੇ। ਸਰ, ਅੱਜ ਦਾ ਜਿਹੜਾ ਇਹ ਪ੍ਰੋਗਰਾਮ ਸੀ, ਜਿਹਨਾਂ ਨੂੰ ਅਸੀਂ ਈ ਰਿਕਸ਼ਾ ਦੇਣੇ ਹੈ, ਉਹਨਾਂ 18 ਤੋਂ 45 ਸਾਲ ਦਾ ਜਿਹੜਾ ਸਾਡਾ ਸੀਗਾ ਬੱਚੀਆਂ ਦਾ, ਇਹਨਾਂ ਨੂੰ ਅਸੀਂ ਅੱਜ ਲਾਇਸੈਂਸ ਦਿੱਤੇ ਨੇ ਔਰ ਉਹਨਾਂ ਨੂੰ ਜਿਹੜੀ ਟ੍ਰੇਨਿੰਗ ਕੀਤੀ ਉਹਦੇ ਸਰਟੀਫਿਕੇਟ ਦਿੱਤੇ ਨੇ। ਇਹਨਾਂ ਨੂੰ ਅਸੀਂ ਹੋਰ 15-20 ਦਿਨ ਬਾਅਦ ਈ ਰਿਕਸ਼ਾ ਦੇਣੀਆਂ ਨੇ ਅਤੇ ਇਹਨਾਂ ਨੂੰ ਬੁਲਾਇਆ ਗਿਆ ਸੀ, ਇਹਨਾਂ ਨੂੰ ਅੱਜ ਅਸੀਂ ਉਹ ਦਿੱਤੇ ਨੇ ਸਰਟੀਫਿਕੇਟ ਅਤੇ ਇਹਨਾਂ ਨੂੰ ਲੰਚ ਕਰਾਇਆ ਜਾ ਰਿਹਾ। ਇੱਕ ਲੜਕੀਆਂ ਕਿਸੇ ਗੱਲ 'ਚ ਪਿੱਛੇ ਨਾ ਰਹਿਣ ਉਹਦਾ ਪ੍ਰਯਾਸ ਕੀਤਾ ਗਿਆ। 42 ਅਜੇ ਸਾਡੇ ਕੋਲ ਜਿਹੜੇ ਪਹਿਲਾਂ ਅਲੋਟ ਹੈ ਉਹਦੇ 'ਚ 42 ਅਸੀਂ ਦੇ ਰਹੇ ਹਾਂ ਔਰ ਅੱਜ 42 ਹੀ ਵੈਸੇ ਤਾਂ ਰੈਡੀ ਨੇ। ਉਹਨਾਂ ਦੀ ਟ੍ਰੇਨਿੰਗ 29 ਦੇ ਹੋ ਗਈ ਸੀ, ਬਾਕੀ 12-13 ਦੀ ਹੋਰ ਕਰਦੇ ਪਏ ਨੇ, ਉਹ ਵੀ 2-4 ਦਿਨ 'ਚ ਹੋ ਜਾਏਗੀ। ਪਹਿਲਾਂ ਇਹਨਾਂ ਬੱਚਿਆਂ ਨੂੰ ਅਸੀਂ ਤਾਂ ਹੋਰ ਵੀ ਹੈ, ਅਸੀਂ ਬੱਚਿਆਂ ਨੂੰ ਡਰਾਈਵਿੰਗ ਸਕੂਲ ਬੱਚਿਆਂ ਵਾਸਤੇ ਪੰਜਾਬ ਸਰਕਾਰ ਨੇ ਖੋਲ੍ਹਿਆ ਹੈਗਾ, ਉਹਦੇ ਵਿੱਚ ਸਾਡੇ ਕੋਲ ਚੱਲ ਨਾ ਖਿੱਚਣਾ ਯਾਰ ਬੱਚਿਆਂ ਨੂੰ 20-20 ਦੇ ਜਾ ਰਹੇ ਨੇ, 20-20 ਬੱਚੀਆਂ ਡਰਾਈਵਿੰਗ ਸਿੱਖ ਕੇ ਉਹਨਾਂ ਨੂੰ ਅਸੀਂ ਲਾਇਸੈਂਸ ਦੇ ਰਹੇ ਹਾਂ, ਫਰੀ ਆਫ ਕੋਸਟ ਪੰਜਾਬ ਸਰਕਾਰ ਇਹ ਕਰਵਾ ਰਹੀ। ਅੱਜ ਅਸੀਂ ਤਕਰੀਬਨ 40 ਜਿਹੜੀਆਂ ਲੇਡੀਜ਼ ਹੈ ਉਹਨਾਂ ਨੂੰ ਈ ਰਿਕਸ਼ਾ ਦਾ ਜੋ ਪ੍ਰੋਗਰਾਮ ਹੁਸ਼ਿਆਰਪੁਰ ਦੇ ਵਿੱਚ ਇਨੀਸ਼ੀਏਟ ਹੋਇਆ ਹੈ ਕੋਕਾ ਕੋਲਾ ਕੰਪਨੀ ਵੱਲੋਂ CSR ਦੇ ਅਧੀਨ, ਈ ਰਿਕਸ਼ਾ ਫਰੀ ਆਫ ਕੋਸਟ ਔਰਤਾਂ ਨੂੰ ਦਿੱਤੇ ਜਾ ਰਹੇ ਨੇ। ਉਹਦੇ ਵਿੱਚ ਅਸੀਂ 29 ਲੇਡੀਜ਼ ਜਿਨ੍ਹਾਂ ਨੇ ਆਪਣੀ ਡਰਾਈਵਿੰਗ ਟ੍ਰੇਨਿੰਗ ਕੰਪਲੀਟ ਕਰ ਲਈ ਹੈ ਉਹਨਾਂ ਨੂੰ ਅੱਜ ਲਾਇਸੈਂਸ ਦਿੱਤੇ ਹੈ ਮਾਨਯੋਗ ਕੈਬਨਿਟ ਮਿਨਿਸਟਰ ਜੀ ਵੱਲੋਂ। ਅਤੇ ਇਸ ਤੋਂ ਇਲਾਵਾ ਬਾਕੀ ਦੀਆਂ ਜਿਹੜੀਆਂ 14 ਲੜਕੀਆਂ ਹੈਗੀਆਂ ਉਹ ਵੀ ਜਲਦੀ ਆਪਣੀ ਟ੍ਰੇਨਿੰਗ ਪੂਰੀ ਕਰ ਲੈਣਗੀਆਂ ਅਤੇ ਉਹਨਾਂ ਨੂੰ ਵੀ ਲਾਇਸੈਂਸ ਦੇ ਕੇ ਇਹਨਾਂ ਨੂੰ ਇਸ ਮੰਥ ਦੇ ਐਂਡ ਤੱਕ ਈ ਰਿਕਸ਼ਾ ਦਿੱਤੇ ਜਾਣਗੇ ਜੋ ਕਿ ਉਹ ਹੁਸ਼ਿਆਰਪੁਰ ਦੇ ਵਿੱਚ ਚੱਲਣਗੇ, ਕੇਵਲ ਲੜਕੀਆਂ ਵੱਲੋਂ ਚਲਾਏ ਜਾਣਗੇ। ਅਤੇ ਇਹ ਮਹਿਲਾ ਸਸ਼ਕਤੀਕਰਨ ਦਾ ਇੱਕ ਬਹੁਤ ਅੱਛਾ ਉਪਰਾਲਾ ਹੈ ਕਿਉਂਕਿ ਆਮ ਤੌਰ 'ਤੇ ਲੜਕੀਆਂ ਵੱਲੋਂ ਦੇਖਿਆ ਜਾਂਦਾ ਕਿ ਡਰਾਈਵਿੰਗ ਘੱਟ ਕੀਤੀ ਜਾਂਦੀ ਹੈ, ਲੇਕਿਨ ਅਸੀਂ ਇਹਨਾਂ ਨੂੰ ਪ੍ਰੋਪਰਲੀ ਟ੍ਰੇਨ ਕਰਕੇ ਇਹਨਾਂ ਨੂੰ ਇਹਨਾਂ ਦੇ ਰੋਜ਼ਗਾਰ ਦਾ ਇੱਕ ਸਾਧਨ ਬਣਾਇਆ ਜਾ ਰਿਹਾ ਹੈ। ਇਹਦੇ ਵਿੱਚ ਜ਼ਿਲ੍ਹਾ ਰੋਜ਼ਗਾਰ ਬਿਊਰੋ ਦਾ ਸਟਾਫ ਅਤੇ ਉਹਨਾਂ ਦਾ ਕਾਫੀ ਐਫਰਟ ਹੈ। ਅਤੇ ਉਮੀਦ ਕਰਦੀ ਹਾਂ ਕਿ ਇਹਨਾਂ ਲੜਕੀਆਂ ਦੇ ਇਸ ਈ ਰਿਕਸ਼ਾ ਚਲਾਉਣ ਦੇ ਨਾਲ ਮਹਿਲਾ ਸਸ਼ਕਤੀਕਰਨ ਦਾ ਇੱਕ ਬਹੁਤ ਵਧੀਆ ਸੁਨੇਹਾ ਜਾਏਗਾ।